ਕਾਰ ਇੰਡੀਆ ਨਿਊਜ਼ ਪੰਜਾਬ ਦੀ ਇਸ ਖਾਸ ਪੇਸ਼ਕਸ਼ ਚੋਣ ਦੰਗਲ ਪ੍ਰੈਜੈਂਟਡ ਬਾਈ ਸੁਸ਼ਮਾ ਗਰੁੱਪ 'ਚ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ। ਅੱਜ ਅਸੀਂ ਪਹੁੰਚੇ ਹਾਂ ਲੋਕ ਸਭਾ ਹਲਕਾ ਹੁਸ਼ਿਆਰਪੁਰ ਦੇ ਵਿੱਚ। ਦੁਆਬਾ ਖੇਤਰ ਦੀ ਸਭ ਤੋਂ ਇੰਪੋਰਟੈਂਟ ਸੀਟ ਮੰਨੀ ਜਾਂਦੀ ਹੈ ਪੂਰੇ ਦੁਆਬਾ ਖੇਤਰ ਦੇ ਵਿੱਚ, ਜਿੱਥੇ ਦਲਿਤ ਵੋਟ ਡੋਮੀਨੇਟ ਕਰਦਾ ਹੈ। ਦਲਿਤ ਭਾਈਚਾਰੇ ਦੇ ਵੋਟ ਜਿਹੜੇ ਕੈਂਡੀਡੇਟਸ ਦੀ ਕਿਸਮਤ ਦਾ ਫੈਸਲਾ ਕਰਦੇ ਨੇ, ਪਰ ਲੋਕ ਸਭਾ ਹਲਕਾ ਹੁਸ਼ਿਆਰਪੁਰ ਦੇ ਵਿੱਚ ਦਲਿਤ ਵੋਟਾਂ ਦੇ ਨਾਲ ਹਿੰਦੂ ਭਾਈਚਾਰੇ ਦਾ ਵੋਟ ਵੀ ਇੱਥੇ ਬਹੁਗਿਣਤੀ ਖੇਤਰ ਵਿੱਚ ਮੰਨਿਆ ਜਾਂਦਾ ਹੈ। ਨਿਰਣਾਇਕ ਵੋਟ ਹਿੰਦੂ ਭਾਈਚਾਰੇ ਦਾ ਵੀ ਇੱਥੇ ਭੂਮਿਕਾ ਅਦਾ ਕਰਦਾ ਹੈ। ਹਾਲਾਂਕਿ 1952 ਤੋਂ ਲੈ ਕੇ 2014 ਤੱਕ ਜ਼ਿਆਦਾਤਰ ਇਲੈਕਸ਼ਨਸ ਦੇ ਵਿੱਚ ਹੁਸ਼ਿਆਰਪੁਰ ਲੋਕ ਸਭਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਜਿੱਤਦੇ ਆਏ ਨੇ, ਪਰ 2014 ਦੇ ਵਿੱਚ ਵੀ ਇੱਥੋਂ ਕਾਂਗਰਸ ਦੇ ਉਮੀਦਵਾਰ ਮਹਿੰਦਰ ਸਿੰਘ ਕੇਪੀ ਨੂੰ ਵਿਜੇ ਸਾਂਪਲਾ ਕੇਂਦਰੀ ਮੰਤਰੀ ਨੇ ਹਰਾ ਦਿੱਤਾ ਸੀ। ਹਾਲਾਂਕਿ ਉਸ ਸਮੇਂ ਵੀ ਵੋਟਾਂ ਦਾ ਫਰਕ ਬਹੁਤ ਜ਼ਿਆਦਾ ਨਹੀਂ ਰਿਹਾ। 36% ਦੇ ਕਰੀਬ ਵੋਟ ਵਿਜੇ ਸਾਂਪਲਾ ਨੂੰ ਮਿਲੇ ਸੀ ਅਤੇ 34% ਮਹਿੰਦਰ ਸਿੰਘ ਕੇਪੀ। ਆਮ ਆਦਮੀ ਪਾਰਟੀ ਇਸ ਲੋਕ ਸਭਾ ਹਲਕੇ ਤੋਂ ਤੀਸਰੇ ਖੇਤਰ ਦੇ ਵਿੱਚ ਤੀਸਰੇ ਸਥਾਨ ਦੇ ਉੱਤੇ ਰਹੀ ਸੀ। ਹੁਣ ਦੁਬਾਰਾ ਲੋਕ ਸਭਾ ਹਲਕਾ ਹੁਸ਼ਿਆਰਪੁਰ ਦੇ ਵਿੱਚ ਵੀ ਵੋਟਾਂ ਪੈਣੀਆਂ ਨੇ। ਹਾਲਾਂਕਿ ਬੀਜੇਪੀ ਦੇ ਕੈਂਡੀਡੇਟ ਦੀ ਅਨਾਊਂਸਮੈਂਟ ਇੱਥੋਂ ਨਹੀਂ ਹੋਈ ਹੈ। ਉਹ ਅਜੇ ਵੱਖਰਾ ਵਿਵਾਦ ਪਾਰਟੀ ਦੇ ਅੰਦਰ ਚੱਲ ਰਿਹਾ ਕਿ ਮੌਜੂਦਾ ਸੰਸਦ ਦੇ ਉੱਤੇ ਹੀ ਪਾਰਟੀ ਭਰੋਸਾ ਜਤਾਵੇਗੀ ਜਾਂ ਕੋਈ ਨਵਾਂ ਚਿਹਰਾ ਇਸ ਲੋਕ ਸਭਾ ਹਲਕੇ ਦੇ ਲਈ ਦਿੱਤਾ ਜਾ ਸਕਦਾ ਹੈ। ਪਰ ਲੋਕ ਸਭਾ ਹਲਕਾ ਹੁਸ਼ਿਆਰਪੁਰ ਦੇ ਲੋਕ ਕਿਸ ਆਧਾਰ 'ਤੇ ਵੋਟ ਕਰਨਾ ਚਾਹੁੰਦੇ ਨੇ? ਖੇਤਰੀ ਮੁੱਦਿਆਂ ਦੇ ਉੱਤੇ ਆਪਣੇ ਹਲਕੇ ਦੇ ਮੁੱਦਿਆਂ ਨੂੰ ਲੈ ਕੇ ਵੋਟ ਕਰਨਗੇ, ਨਰਿੰਦਰ ਮੋਦੀ ਦੇ ਚਿਹਰੇ 'ਤੇ ਵੋਟ ਕਰਨਗੇ, ਰਾਹੁਲ ਗਾਂਧੀ ਦੇ ਚਿਹਰੇ 'ਤੇ ਵੋਟ ਕਰਨਗੇ, ਜਾਂ ਆਪਣੇ ਮੌਜੂਦਾ ਸਾਂਸਦ ਦੇ ਰਿਪੋਰਟ ਕਾਰਡ ਦੇ ਉੱਤੇ ਵੋਟ ਕਰਨਗੇ? ਇਸ ਸਭ ਦੇ ਵਿੱਚ ਜਿਹੜੀ ਮੌਜੂਦਾ ਸਰਕਾਰ ਹੈਗੀ ਹੈ, ਪੰਜਾਬ ਸਰਕਾਰ, ਕਾਂਗਰਸ ਦਾ ਜੋ ਕੈਂਡੀਡੇਟ ਹੋਏਗਾ, ਕਿਆ ਕਾਂਗਰਸ ਦੇ ਕੈਂਡੀਡੇਟ ਰਾਜਕੁਮਾਰ ਚੱਬੇਵਾਲ ਨੂੰ ਜੋ ਲੋਕ ਵੋਟ ਕਰਨਗੇ, ਕੀ ਉਹ ਕੈਪਟਨ ਅਮਰਿੰਦਰ ਸਿੰਘ ਦੇ 2.5 ਸਾਲ ਦੇ ਰਿਪੋਰਟ ਕਾਰਡ ਦੇ ਉੱਤੇ ਵੋਟ ਕਰਨਗੇ? ਇਹਨਾਂ ਸਾਰੇ ਲੋਕ ਸਵਾਲਾਂ ਦੇ ਜਵਾਬ ਅਸੀਂ ਹਲਕੇ ਦੇ ਲੋਕਾਂ ਦੇ ਕੋਲ ਲਵਾਂਗੇ। ਹਲਕੇ ਦੇ ਆਮ ਲੋਕ ਵੀ ਨੇ, ਕੁਝ ਲੋਕ ਪਾਰਟੀਆਂ ਦੇ ਸਮਰਥਕ ਵੀ ਨੇ ਜਿਹੜੇ ਵੱਖ ਵੱਖ ਪਾਰਟੀਆਂ ਨਾਲ ਇਤਫਾਕ ਰੱਖਦੇ ਨੇ। ਸਾਡੇ ਨਾਲ ਕਾਂਗਰਸ, ਆਮ ਆਦਮੀ ਪਾਰਟੀ, ਬੀਜੇਪੀ ਦੇ ਸਪੋਰਟਰ ਵੀ ਮੌਜੂਦ ਨੇ ਔਰ ਸ਼ਹਿਰ ਦੇ ਕੁਝ ਲੋਕ ਵੀ ਮੌਜੂਦ ਨੇ। ਸਭ ਤੋਂ ਪਹਿਲਾਂ ਗੱਲ ਅਸੀਂ ਕਾਂਗਰਸ ਦੇ ਲੋਕਾਂ ਨਾਲ ਗੱਲਬਾਤ ਸ਼ੁਰੂ ਕਰਾਂਗੇ, ਕਿਉਂਕਿ ਵਿਰੋਧੀ ਪਾਰਟੀ ਦਾ ਸਾਂਸਦ ਇੱਥੋਂ ਹੈਗਾ ਜੀ। ਕਾਂਗਰਸ ਦੇ ਲੋਕ ਕਿਸ ਕੀ ਸੋਚ ਰਹੇ ਨੇ, ਕਿਸ ਤਰ੍ਹਾਂ ਵੋਟ ਕਰ ਰਹੇ ਨੇ? ਵਿਜੇ ਸਾਂਪਲਾ ਦੀ ਪਰਫਾਰਮੈਂਸ ਕਿਸ ਤਰ੍ਹਾਂ ਦੀ ਰਹੀ? ਸਰ, ਪਿਛਲੇ 5 ਸਾਲਾਂ 'ਚ ਵਿਜੇ ਸਾਂਪਲਾ ਜੀ ਬਾਰੇ ਜਦੋਂ ਜਨਤਾ ਨੂੰ ਪੁੱਛਿਆ ਜਾਂਦਾ ਤਾਂ ਉਹ ਕਹਿੰਦੇ ਕਿ ਸਾਨੂੰ ਜਿਹੜੇ MP ਸਾਹਿਬ ਨਜ਼ਰ ਹੀ ਨਹੀਂ ਆਏ, ਪਹਿਲੀ ਗੱਲ ਤਾਂ। ਉਹਦੇ ਬਾਅਦ ਵਿਕਾਸ ਦੇ ਨਾਮ 'ਤੇ ਜੇ ਉਹਨਾਂ ਨੂੰ ਕੋਈ ਜਵਾਬ ਪੁੱਛਿਆ ਜਾਂਦਾ ਤਾਂ ਉਹ ਕਾਂਗਰਸ ਦੇ ਬੀਤੇ ਸਾਲਾਂ ਦੇ 2 ਸਾਲਾਂ ਦੇ ਕੰਮਾਂ ਦੀ ਗੱਲ ਕਰਨ ਲੱਗ ਪੈਂਦੇ ਆ, ਅਤੇ ਜੇ ਉਹਨਾਂ ਨੂੰ ਇਹ ਪੁੱਛਿਆ ਜਾਂਦਾ ਕੋਈ ਆਪਣਾ ਕੰਮ ਗਿਣਾ ਦਿਓ ਤਾਂ ਉਹ ਕਹਿੰਦੇ ਆ ਕਿ ਇਹ ਮੋਦੀ ਸਾਹਿਬ ਪੁੱਛੋ, ਇਹ ਮਸਲਾ ਹੁਸ਼ਿਆਰਪੁਰ ਦਾ ਨਹੀਂ। ਢਾਲ ਰਹੇ ਨੇ, ਮਤਲਬ ਅਚੀਵਮੈਂਟ ਨਹੀਂ ਹੈਗੀ ਤੁਹਾਨੂੰ ਲੱਗਦਾ ਵਿਜੇ ਸਾਂਪਲਾ ਕੋਲ? ਬਿਲਕੁਲ, 5 ਸਾਲ ਦੇ ਵਿੱਚ ਉਹਨਾਂ ਨੇ ਕੋਈ ਵੀ ਕੰਮ ਹੈ ਜਿਹੜਾ ਕੀਤਾ, ਕਹਿੰਦੇ ਵਿਕਾਸ ਕੀਤਾ, ਵਿਕਾਸ ਕੀਤਾ, ਵਿਕਾਸ ਦੇ ਨਾਂ 'ਤੇ ਉਹਨਾਂ ਨੇ ਇੱਕ ਪੈਸੇ ਦਾ ਕੰਮ ਵੀ ਹੈ ਜਿਹੜਾ ਹੁਸ਼ਿਆਰਪੁਰ 'ਚ 9 ਕੌਂਸੀਆਂ 44 'ਚ ਨਹੀਂ ਕੀਤਾ ਹੈਗਾ। ਦੂਜੇ ਪਾਸੇ ਮੋਦੀ ਜੀ ਗੱਲ ਕਰ ਲਓ, ਮੋਦੀ ਜੀ ਕਹਿੰਦੇ ਹਨ ਮੈਂ 2 ਲੱਖ ਨੌਕਰੀਆਂ ਦੇਵਾਂਗਾ, ਕਿਹੜੇ ਬੱਚਿਆਂ ਨੂੰ ਨੌਕਰੀਆਂ ਮਿਲੀਆਂ ਹਨ? ਅੱਜ ਜੇ ਵਿਜੇ ਸਾਂਪਲਾ ਨੇ ਕੁਛ ਇਸ ਤਰ੍ਹਾਂ ਦੀ ਮਦਦ ਕੀਤੀ ਹੈ ਕਿ ਨੌਜਵਾਨਾਂ ਨੂੰ ਨੌਕਰੀਆਂ ਦਵਾਈਆਂ? ਹੁਣ ਜਿਹੜੇ ਅਨਾਊਂਸਮੈਂਟ ਮੋਦੀ ਨੇ ਸਾਹਮਣੇ ਕੀਤੀ ਸੀ? ਨਹੀਂ, ਕੋਈ ਐਸਾ ਨਹੀਂ ਹੋਇਆ। ਜਦੋਂ ਕਿ ਕੈਪਟਨ ਸਰਕਾਰ ਨੇ ਇਹ ਉਪਰਾਲਾ ਬੜੇ ਵੱਡੇ ਪੱਧਰ 'ਤੇ ਕੀਤਾ ਔਰ ਨੌਕਰੀਆਂ ਦਿਲਵਾਈਆਂ ਵੀ ਹੈ ਔਰ ਅੱਗੇ ਉਹ ਪ੍ਰਚਲਨ ਚੱਲ ਵੀ ਰਿਹਾ ਹੈ, ਚਾਹੇ ਉਹਨਾਂ ਨੂੰ ਕਿਸੇ ਸੰਸਥਾ ਦੇ ਵਿੱਚ ਚਲਾਈ ਹੈ, ਚਾਹੇ ਇੰਡਸਟਰੀ ਦਾ ਵੀ ਚਲਾਈ ਹੈ। ਆਪਾਂ ਵਿਜੇ ਸਾਂਪਲਾ ਦੀ ਗੱਲ ਕਰ ਲਈਏ, ਮੌਜੂਦਾ ਸੰਸਦ ਵਿਜੇ ਸਾਂਪਲਾ ਨੇ ਮਹਿਜ ਇੱਕ ਬੁੱਢਾ ਵੱਡ ਪਿੰਡ ਜਿਹੜਾ ਅਡੋਪਟ ਕੀਤਾ ਸੀ, ਤੁਸੀਂ ਉੱਥੇ ਦੇ ਹਾਲਾਤ ਦੇਖ ਲਓ, ਉੱਥੇ ਲੋਕ ਰੋਂਦੇ ਆ। ਅਡੋਪਟ ਕਰਨ ਦਾ ਮਤਲਬ ਹੁੰਦਾ ਕਿ ਉਹਦਾ ਮਾਲਕ, ਉਹਦਾ ਪਿਓ, ਉਹਦਾ ਮਾਂ, ਮੈਂ ਹੀ ਹਾਂ। ਉਹਨਾਂ ਨੂੰ ਕੁਛ ਨਹੀਂ ਕਰ ਸਕੇ, ਉਹਦੇ ਵਿੱਚ ਕੋਈ ਡਿਵੈਲਪਮੈਂਟ ਨਹੀਂ ਹੋ ਸਕੀ। ਜਿਹੜੀ ਇਹਨਾਂ ਦੀ ਸਕੀਮ ਸੀਗੀ ਕਿ ਇੱਕ ਇੱਕ ਹਰ ਸੰਸਦ ਇੱਕ ਇੱਕ ਪਿੰਡ ਨੂੰ ਅਡੋਪਟ ਕਰੇਗਾ, ਉਹ ਫੇਲ ਹੋ ਗਏ ਪੂਰੀ ਤਰ੍ਹਾਂ। ਪੂਰੀ ਤਰ੍ਹਾਂ ਫੇਲ ਹੋ ਗਏ। ਵਿਜੇ ਸਾਂਪਲਾ ਦੀ ਐਬਸੈਂਸ ਰਹੀ ਹੈ, ਕੀ ਲੱਗਦਾ ਵਿਜੇ ਸਾਂਪਲਾ ਦੀ ਐਬਸੈਂਸ ਰਹੀ, ਇਹੀ ਕਾਰਨ ਹੈਗਾ ਕਿ ਹੁਣ ਚਰਚਾ ਚੱਲ ਰਹੀ ਹੈ ਸ਼ਾਇਦ ਟਿਕਟ ਕੱਟੀ ਜਾਏ? ਪਹਿਲੀ ਗੱਲ ਤਾਂ ਭਾਜੀ ਇਹ ਆ ਕਿ ਵਿਜੇ ਸਾਂਪਲਾ ਜਿੱਥੇ ਗੱਲ ਕਰ ਰਹੀ ਹੈ 2.5 ਸਾਲਾਂ ਦਾ ਜਿਹੜਾ ਕਾਰਜਕਾਲ ਕਾਂਗਰਸ ਦਾ ਆ, ਉਹਦੇ ਵਿੱਚ ਉਹ ਆਪਣੀਆਂ ਪ੍ਰਾਪਤੀਆਂ ਵੀ ਦੱਸ ਦੇਣ। ਇੱਕ ਦੂਜੇ ਦੋਸ਼ ਦੇ ਮੰਨ ਰਹੀਆਂ ਦੋਨੇ ਪਾਰਟੀਆਂ ਇਹੋ, ਠੀਕ ਹੈ ਜੀ। ਇਹ ਦੋਨੇ ਪਾਰਟੀਆਂ ਨੇ ਕੋਈ ਵਿਕਾਸ ਨਹੀਂ ਕੀਤਾ, ਨਾ ਬੀਜੇਪੀ ਨੇ ਕੀਤਾ, ਨਾ ਕਾਂਗਰਸ ਨੇ ਹਜੇ ਤੱਕ ਕੀਤਾ। ਜੇ ਕੋਈ ਕੀਤਾ, ਜੇ ਕਾਂਗਰਸ ਨੇ, ਇਹ ਕਹਿੰਦੇ ਵੀ ਇਹ ਬੀਜੇਪੀ ਨੇ ਨੌਕਰੀ ਨਹੀਂ ਦਿੱਤੀ। ਮੈਂ ਪੁੱਛਦਾ ਕਾਂਗਰਸ ਨੇ ਕਿੰਨੇ ਨੌਕਰੀਆਂ ਦਵਾਈਆਂ?
ਉਹ ਰਿਕਾਰਡ ਕਰ ਦੇ ਦੇਣ। ਠੀਕ ਹੈ ਜੀ, ਪਹਿਲੀ ਗੱਲ ਜੇ ਖਜ਼ਾਨਾ ਖਾਲੀ ਆ ਤੁਹਾਡਾ, ਅੱਜ ਇਹਨਾਂ ਦੇ ਬੰਦੇ ਕਹਿ ਰਹੇ ਆ ਕਿ ਖਜ਼ਾਨਾ ਖਾਲੀ ਆ, ਮੈਂ ਕਹਿੰਦਾ ਜੇ ਖਜ਼ਾਨਾ ਖਾਲੀ ਆ ਤਾਂ ਇਹਨਾਂ ਨੂੰ ਪਹਿਲਾਂ ਸੋਚਣਾ ਚਾਹੀਦਾ ਸੱਤਾ ਦਿਵਾਉਣ ਤੋਂ ਪਹਿਲਾਂ। ਖਜ਼ਾਨਾ ਕਿੱਥੇ ਆ? ਦੇਖੋ ਮੈਂ ਪਹਿਲਾਂ ਦੱਸਾਂ, ਡਾਕਟਰ ਸਾਹਿਬ ਪਹਿਲਾਂ ਡਿਫੈਂਸਿਵ ਨੇ, ਇਹਨਾਂ ਨੇ ਪਹਿਲਾਂ ਕਹਿੰਦਾ ਕਿ 2.5 ਸਾਲ ਦਾ ਹਿਸਾਬ ਨਾਲ ਸਾਨੂੰ ਪੁੱਛੋ, ਤੁਸੀਂ ਆਪਣਾ 5 ਸਾਲ ਦਾ ਦੱਸੋ, 2.5 ਸਾਲ ਦਾ ਨਾ ਪੁੱਛੋ। 2.5 ਸਾਲ ਤੁਸੀਂ ਕਿੱਥੇ ਹੋ? ਗੱਲ ਬੁੱਢੇ ਵੜ ਦੀ, ਗੱਲ ਬੁੱਢੇ ਵੜ ਦੀ ਮੈਂ ਦੱਸਦਾ, ਬੁੱਢੇ ਵੜ 'ਚ ਮੈਂ ਕੰਮ ਦੱਸਦਾ। 14 ਕਰੋੜ ਰੁਪਈਆ, ਇੱਕ ਵਾਰ ਕੈਮਰੇ ਚੌਦਾਂ ਕਰੋੜ ਰੁਪਈਆ ਬੁੱਢੇ ਵੜ 'ਚ ਦਿੱਤਾ, ਔਰ ਇੱਕ ਸਾਲ ਲਈ ਪਿੰਡ ਗੋਦ ਲਿਆ ਸੀ ਆਦਰਸ਼ ਗ੍ਰਾਮ ਯੋਜਨਾ, 1 ਸਾਲ ਲਈ ਪਿੰਡ ਲੈਣਾ ਗੋਦ ਲੈਣਾ ਸੀਗਾ, ਉਸ ਦੇ ਅੰਦਰ ਪੈਸਾ ਕੋਈ ਨਹੀਂ ਸੀ ਦੇਣਾ ਸਰਕਾਰ ਨੇ। ਉਹਦੇ ਵਿੱਚ ਵੀ MP ਨੇ, ਸਾਡੇ MP ਸਾਹਿਬ ਨੇ 14 ਕਰੋੜ ਰੁਪਈਆ ਉੱਥੇ ਲਾਇਆ, ਅੱਜ ਵੀ ਕੰਮ ਸੜਕ ਦਾ ਚੱਲਦਾ। ਮੇਰਾ ਕਹਿਣਾ ਤਾਂ ਇੱਕ ਹੋਰ ਹੈ, ਪਹਿਲਾ ਨੰਬਰ ਮੇਰਾ ਇੱਕ ਗੱਲ ਕਹਿਣਾ ਤੁਹਾਨੂੰ, ਚੈਨਲ ਵਾਲਿਆਂ ਨੂੰ ਹੈ ਸਮਾਂ ਨਹੀਂ ਆ, ਤਾਂ ਇੱਕ ਪਾਰਟੀ ਜਿਹਨੂੰ ਟਾਈਮ ਦਿੰਦਾ ਦੂਸਰੀ ਪਾਰਟੀ ਉਹਦੇ ਵਿੱਚ ਨਾ ਬੋਲ। ਹਜੇ 2 ਮਿੰਟ ਹੋਏ ਸ਼ੁਰੂ ਹੋਏ ਨੂੰ, ਜਿਹੜੀ ਗੱਲ ਕਰਨੀ ਜਲਦੀ ਕਰੋ, ਇੰਨਾ ਸਮਾਂ ਨਹੀਂ। ਮੈਂ ਇਹ ਪੁੱਛਦਾ ਜਿਹੜਾ ਹੁਣ ਆਹ ਗੱਲ ਚੱਲ ਰਹੀ ਆ ਨੌਕਰੀਆਂ ਦੀ, ਇਹ ਇੱਕ ਵੀ ਸਰਟੀਫਿਕੇਟ ਦੇ ਦੇਣ, ਹਲਕਾ ਚੱਬਿਆਂ ਤੋਂ ਵਧਾਈ ਕਿਹਾ ਹੋ, ਇੱਕ ਮਿੰਟ, ਹਲਕਾ ਚੱਬਿਆਂ ਤੋਂ ਰਾਜ ਕੁਮਾਰ ਵਧਾਈ ਕਿਹਾ। ਅਸੀਂ ਪਹਿਲੇ ਮੌਜੂਦਾ ਸੰਸਦ ਦੀ ਪਰਫਾਰਮੈਂਸ ਤੇ ਗੱਲ ਕਰ ਰਹੇ, ਕਹਿੰਦੇ ਵੀ ਆਏ ਨਹੀਂ ਇੱਥੇ। ਤੁਹਾਨੂੰ ਗੱਲ, ਏਅਰਪੋਰਟ ਕਿਹਨੇ ਲਿਆਂਦਾ, ਕਿਹਨੇ ਲਿਆਂਦਾ? ਇੱਕ ਮਿੰਟ, ਤੁਸੀਂ ਨਾਰੇ ਨਾ ਲਾਓ, ਜੇ ਤੁਸੀਂ ਨਾਰੇ ਲਾਓਗੇ ਤੁਹਾਡਾ ਸਮਾਂ ਖਰਾਬ ਹੋ ਜਾਏਗਾ। ਇੱਕ ਮਿੰਟ, ਮੈਂ ਸਾਰਿਆਂ ਨੂੰ ਇੱਕ ਗੱਲ ਕਹਿਣਾ ਚਾਹੁੰਦਾ, ਇੱਕ ਮਿੰਟ ਗੱਲ ਸੁਣੋ, ਮੇਰੀ ਗੱਲ ਸੁਣੋ, ਪਿੱਛੇ ਹਟੋ, ਜਗ੍ਹਾ ਛੱਡੋ, ਜਿਹੜਾ ਮੈਂ ਸਾਰਿਆਂ ਨੂੰ ਇੱਕ ਗੱਲ ਕਹਿਣਾ ਚਾਹੁੰਦਾ, ਅਗਰ ਤੁਸੀਂ ਨਾਰੇ ਲਾਓਗੇ, ਜਿਹੜੀ ਪਾਰਟੀ ਨਾਰਾ ਲਾਉਣਾ ਚਾਹੁੰਦੀ ਹੈ, ਉਹਦਾ ਮਤਲਬ ਇਹ ਹੈ ਵੀ ਉਸ ਪਾਰਟੀ ਕੋਲ ਕਹਿਣ ਨੂੰ ਕੋਈ ਤਰਕ ਨਹੀਂ ਹੈਗਾ। ਔਰ ਸਾਡਾ 30 ਮਿੰਟਸ ਅੱਧੇ ਘੰਟੇ ਦਾ ਸ਼ੋਅ ਹੈ, ਜਿਹੜਾ ਨਾਰਾ ਲਾਏਗਾ ਔਰ ਕੋਈ ਮਾਈਕ ਨਹੀਂ ਆਏਗਾ, ਔਰ ਜਿਹੜਾ ਨਾਰਾ ਲਾਏਗਾ ਉਹਦਾ ਮਤਲਬ ਉਹ ਕੋਲ ਕਹਿਣ ਨੂੰ ਕੋਈ ਗੱਲ ਨਹੀਂ ਹੈਗੀ। ਆਪਦੇ ਸਮੇਂ ਦਾ ਸਹੀ ਯੂਟੀਲਾਈਜ਼ ਕਰੋ, ਜੇ ਆਪਦੇ ਲੀਡਰ ਦੀ ਗੱਲ ਰੱਖਣ ਦਾ ਮਾਦਾ ਹੈਗਾ ਤਾਂ ਤਰਕ ਨਾ ਰੱਖੋ। ਏਅਰਪੋਰਟ ਦੀ ਗੱਲ ਕਰ ਰਹੇ, ਪਹਿਲੀ ਪਿੱਛੇ ਦਰਬਾਰ ਸਾਹਿਬ ਇਹ ਗੱਲ ਕਹੀ ਸੀ ਕਿ ਅਸੀਂ ਚੱਪਲਾਂ ਵਾਲਿਆਂ ਵਾਸਤੇ ਅਸੀਂ ਏਅਰਪੋਰਟ ਤਿਆਰ ਕੀਤਾ। ਇਹਨਾਂ ਨੂੰ ਇਹ ਬੰਦਾ ਪੁੱਛੇ ਕਿ ਚੱਪਲਾਂ ਵਾਲੇ ਵਿਚਾਰੇ ਜਹਾਜ਼ 'ਤੇ ਚੜ੍ਹ ਜਾਣ ਕੇ ਕੰਮ ਤੇ ਆਪਣਾ ਕੀਤਾ। ਜਿੱਥੇ ਤੱਕ ਦੋ ਗੱਲਾਂ ਸਿਰਫ ਹੋਈਆਂ ਇੱਥੇ, ਸਿਰਫ ਪਹਿਲਾਂ ਦੋ ਗੱਲਾਂ ਦਾ ਜਵਾਬ ਮੈਂ ਜਿਹੜਾ ਜਵਾਬ ਦੇਣਾ ਚਾਹੁੰਦਾ, ਆਪ ਵਾਲੇ ਅੱਜ ਕਹਿ ਰਹੇ ਆ, ਆਪ ਵਾਲੇ ਇੱਕੋ ਹੀ ਗੱਲ ਕਹਿ ਰਹੇ ਆ ਕਿ ਇਹ ਦੋਨੇ ਪਾਰਟੀਆਂ ਇੱਦਾਂ, ਆਪ ਵਾਲੇ ਕੇਜਰੀਵਾਲ ਅੱਜ ਕਾਂਗਰਸ ਅੱਗੇ ਮਿੰਨਤਾਂ ਕਿਉਂ ਪਾ ਰਹੇ ਦਿੱਲੀ ਦੇ ਵਿੱਚ ਕਿ ਅਸੀਂ ਲੋਕਲ ਮੁੱਦੇ ਤੇ ਗੱਲ ਕਰਾਂਗੇ, ਲੋਕਲ ਮੁੱਦੇ ਤੇ ਲੋਕਲ ਭਾਜੀ ਹਜ਼ਾਰਾਂ ਲੋਕ ਤੁਹਾਡੀ ਵੇਟ ਕਰ ਰਹੇ ਆ, ਲੋਕੀ ਦਿਹਾੜੀਆਂ ਤੇ ਗਏ, ਘਰਾਂ 'ਚ ਬੈਠੇ ਆ, ਉਹ ਸੋਚ ਰਹੇ ਕਿ ਵੀ ਸਾਡਾ ਕੌਣ ਹੱਥ ਫੜੂਗਾ। ਇਹ ਦੋਨਾਂ ਹੀ ਪਾਰਟੀਆਂ ਨੇ ਆਪਸੇ 'ਚ ਲੜੀ ਜਾਣਾ, ਇਹਨਾਂ ਨੇ ਮਾਹੌਲ ਨੂੰ ਖਰਾਬ ਕਰਨਾ। ਸਾਡੀ ਪਾਰਟੀ ਦੀ ਗੱਲ ਸੁਣੋ, ਇਹਨਾਂ ਨੇ ਕੁਛ ਨਹੀਂ ਕੀਤਾ, ਠੀਕ ਹੈ, ਨਾ BJP ਨੇ ਕੁਛ ਕੀਤਾ, ਨਾ ਕਾਂਗਰਸ ਨੇ ਕੁਛ ਕੀਤਾ। ਕੋਈ ਕਾਂਗਰਸ ਦੇ ਜਾਂ ਕਾਂਗਰਸ ਦੇ ਜਾਂ BJP ਦੇ ਕੋਈ ਵੱਡੇ ਅਚੀਵਮੈਂਟ 5 ਦੱਸ ਸਕਦਾ ਵੀ ਸਾਡੇ ਸੰਸਦ ਨੇ ਕਾਂਗਰਸ ਦੇ ਸਮੇਂ ਰਹਿੰਦੇ ਆ ਵੱਡੇ ਪ੍ਰੋਜੈਕਟ ਲਿਆਉਂਦੇ ਸੀ, ਜਾਂ BJP ਦੇ ਸੰਸਦ ਨੇ ਇਹ ਪ੍ਰੋਜੈਕਟ ਲਿਆਉਂਦੇ? ਕੋਈ 5 ਚੀਜ਼ਾਂ ਦੱਸ ਸਕਦਾ? ਮੈਂ BJP ਤੋਂ ਸ਼ੁਰੂਆਤ ਕਰਦਾ। ਹੁਸ਼ਿਆਰਪੁਰ ਦੇ ਅੰਦਰ ਜਿੰਨੀਆਂ ਵੀ ਸੜਕਾਂ ਲੱਗਣਗੀਆਂ ਉਹ ਸਾਰੀਆਂ 4 ਮਾਰਗੀਆਂ ਕੀਤੀਆਂ ਗਈਆਂ। 101 ਕਰੋੜ ਦੀਆਂ ਸੜਕਾਂ ਇੱਕ ਦਿਨ 'ਚ, ਮੈਂ ਦੱਸਦਾ 101 ਕਰੋੜ ਦੀਆਂ ਸੜਕਾਂ, ਦੋ ਸੜਕਾਂ ਮੁਕੇਰੀਆਂ ਦੇ ਅੰਦਰ ਇੱਕ ਦਿਨ 'ਚ ਉਦਘਾਟਨ ਕੀਤੇ ਗਏ। ਨਸ਼ਾ ਛੁਡਾਓ ਕੇਂਦਰ ਇੱਥੇ 4 ਕਰੋੜ ਦਾ ਬਣਾਇਆ ਗਿਆ। ਸਭ ਤੋਂ ਵੱਡੀ ਉਪਲਬਧੀ ਏਅਰਪੋਰਟ ਦੁਆਬਾ ਦੇ ਅੰਦਰ, ਸਭ ਤੋਂ ਤੇਜ਼ ਗਤੀ ਨਾਲ ਬਣਨ ਵਾਲਾ ਏਅਰਪੋਰਟ, ਜਿਹੜਾ ਲੋਕੀ ਕਹਿੰਦੇ ਏਅਰਪੋਰਟ ਜਲੰਧਰ ਵਾਲਿਆਂ ਨੂੰ ਪਹੁੰਚ ਗਿਆ।
ਮੈਂ ਸਿਰਫ ਇਹ ਪੁੱਛਣਾ ਚਾਹੁੰਦਾ ਇਹਨਾਂ ਪਾਰਟੀਆਂ ਕੋਲੋਂ, ਅੱਜ ਤੱਕ ਇਹਨਾਂ ਸ਼ਿਕਸ਼ਾ ਦੇ ਮਾਮਲੇ 'ਚ ਦੋਨੇ ਕਾਂਗਰਸ ਔਰ ਬੀਜੇਪੀ ਨੇ ਕੀ ਕੀਤਾ ਵਾ? ਨਾ ਕਿ ਪਬਲਿਕ ਕੁਛ ਦਿੱਤਾ, ਨਾ ਕੁਛ ਕੀਤਾ। ਏਅਰਪੋਰਟ ਨੂੰ ਲੈ ਕੇ ਇਤਰਾਜ ਹੈਗਾ ਕਿ ਹਰ ਸਾਰੇ ਰੋਡ ਫੋਰ ਲੈਨ ਹੋ ਗਏ। ਬੀਜੇਪੀ ਵਾਲੇ ਕਹਿ ਰਹੇ ਨੇ ਕਿ ਸਾਰੇ ਰੋਡ ਫੋਰ ਲੇਨ ਹੋ ਗਏ। ਇਹਨਾਂ ਨੂੰ ਇੱਕ ਰੋਡ ਦੱਸਿਆ ਜਾਵੇ ਜਿਹੜਾ ਇੱਕ ਲੋਤਾ ਰੋਡ ਬਣਨਾ ਸ਼ੁਰੂ ਹੋਇਆ, ਉਹ 'ਚ 100 ਕਰੋੜ ਤੋਂ ਉੱਪਰ ਦਾ ਘੁਟਾਲਾ ਔਰ ਅਕਾਲੀ ਬੀਜੇਪੀ ਦੀ ਗਵਰਨਮੈਂਟ 'ਚ ਹੋਇਆ। ਅੱਜ ਵੀ ਉਹ ਸਾਬਤ ਹੋਰ ਔਰ ਸਾਂਪਲਾ ਸਾਹਮਣੇ 16 ਕਰੋੜ ਰੁਪਈਆ ਲਾਇਆ ਕਿੱਥੇ? ਲੈਂਡ ਸਕੈਮ ਔਰ ਉਹ ਜਿਹੜੀ ਜ਼ਮੀਨ 2000 ਰੁਪਏ ਮਰਲੇ ਦੀ ਸੀ, ਉਹ 8-8 ਲੱਖ ਰੁਪਏ ਮਰਲੇ ਦੇ ਸਾਹਮਣੇ ਪੇਮੈਂਟ ਕੀਤੀ ਪਈ ਆ। ਜੋਬਸ ਦੀ ਅਨਾਊਂਸਮੈਂਟ ਦੋਨਾਂ ਪਾਰਟੀਆਂ ਦੀ ਸੀਗੀ। ਜੋਬ ਦੀ ਅਨਾਊਂਸਮੈਂਟ ਦੋਨਾਂ ਪਾਰਟੀਆਂ ਦੀ ਸੀ। ਕਿੰਨਾ ਜੋਬਸ ਦਵਾਈਆਂ? ਹੁਸ਼ਿਆਰਪੁਰ ਦੇ ਲੋਕਾਂ ਨੂੰ ਜੋਬਸ ਮਿਲੀਆਂ। ਮੋਦੀ ਸਰਕਾਰ ਨੇ 2 ਕਰੋੜ ਦੇਣੀਆਂ ਸੀਗੀਆਂ, ਕੈਪਟਨ ਸਰਕਾਰ ਨੇ ਘਰ ਘਰ 'ਚ ਦੇਣੀ ਸੀ। 2 ਕਰੋੜ ਨੌਕਰੀਆਂ ਹਰ ਸਾਲ ਦੇਣੀਆਂ ਸੀ ਮੋਦੀ ਸਰਕਾਰ ਨੇ, 10 ਕਰੋੜ ਨੌਕਰੀਆਂ ਦੇਣ ਦੀ ਬਜਾਏ 1.5 ਕਰੋੜ ਨੌਕਰੀਆਂ ਕੱਟਤੀਆਂ। ਜਿਹੜੀ ਬੇਰੁਜ਼ਗਾਰੀ ਦਰ ਹੈ ਉਹ ਸਭ ਤੋਂ ਜ਼ਿਆਦਾ ਇਸ ਵੇਲੇ ਚਰਮ ਸੀਮਾ 'ਤੇ। ਹੁਸ਼ਿਆਰਪੁਰ 'ਚ ਨੌਕਰੀਆਂ ਮਿਲੀਆਂ, 6 ਲੱਖ ਨੌਕਰੀਆਂ, 4 ਫੇਜ਼ ਰੋਜ਼ਗਾਰ ਮਿਲਿਆ। ਪ੍ਰਾਈਵੇਟ ਠੇਕੇਦਾਰਾਂ ਦੇ ਥਰੂ ਦੁਕਾਨਦਾਰਾਂ ਨੂੰ ਬੁਲਾਇਆ ਜਾਂਦਾ, ਨੌਕਰੀ ਨਹੀਂ ਦਿੱਤੀ। ਬੇੜਾ ਗਰਕ ਕਰ ਦਿੱਤਾ ਪੰਜਾਬ ਸਰਕਾਰ ਨੇ। ਨੌਕਰੀਆਂ ਦੇਵਾਂਗੇ, ਲੈਪਟਾਪ ਦੇਵਾਂਗੇ, ਮੋਬਾਈਲ ਦਿੱਤਾ, ਬੇੜਾ ਗਰਕ ਕੀਤਾ। ਜਿਹੜਾ ਡਾਕਟਰ ਰਾਜ ਦੀ ਗੱਲ ਕਰਦਾ, ਚੱਬੇ ਚ ਬਾਈਕਾਟ ਕੀਤਾ ਲੋਕਾਂ ਨੇ, ਉਹਨੂੰ ਅੰਦਰ ਨਹੀਂ ਵੜਨ ਦੇਣਾ ਲੋਕਾਂ ਨੇ। MLA ਪੰਜਾਬ ਸਰਕਾਰ ਨੇ ਕਿਹਾ ਸੀ, ਮੋਬਾਈਲ ਦਵਾਂਗੇ, ਲੈਪਟਾਪ ਦਵਾਂਗੇ, ਇਹਨਾਂ ਨੌਕਰੀਆਂ ਤਾਂ ਕਿੱਥੋਂ ਦੇਣੀਆਂ ਸਾਨੂੰ? ਉਹ ਹੀ ਨਹੀਂ ਮਿਲੇ ਹਲੇ ਤੱਕ। ਵੋਟਿੰਗ ਸਿਸਟਮ ਦੇ ਵਿੱਚ ਮਹਿਲਾਵਾਂ ਦਾ ਵੱਡਾ ਕੰਟਰੀਬਿਊਸ਼ਨ ਹੁੰਦਾ, ਮਹਿਲਾਵਾਂ ਦਾ ਕੰਟਰੀਬਿਊਸ਼ਨ ਹੈ, ਰਿਜ਼ਰਵੇਸ਼ਨ ਹੈਗਾ ਸੀਟਾਂ ਦੇ ਲਈ। ਕੁਛ ਮਹਿਲਾਵਾਂ ਵੀ ਸਾਡੇ ਨਾਲ ਮੌਜੂਦ ਨੇ, ਤੁਸੀਂ ਐਕਸਪੈਕਟ ਕੀ ਕਰਦੇ ਹੋ? ਅਸੀਂ ਮਹਿਲਾਵਾਂ ਦੀ ਰਾਏ ਪਹਿਲੇ ਲੈਣੀ ਚਾਹੁੰਦੇ ਹੁਣ, ਐਕਸਪੈਕਟ ਕੀ ਕਰਦੇ ਹੋ? ਕਿਹੜੇ ਐਸੇ ਕੰਮ ਨੇ ਹੁਸ਼ਿਆਰਪੁਰ ਦੇ ਜਿਹੜੇ ਸੰਸਦ ਨੂੰ ਕਰਨੇ ਚਾਹੀਦੇ ਆ? ਕਿਹੜੀ ਪਾਰਟੀ ਤੋਂ ਵੱਖਰੀ ਗੱਲ ਹੈਗੀ ਹੈ? ਮੈਂ ਪਹਿਲੇ ਐਕਸਪੈਕਟੇਸ਼ਨ ਪੁੱਛਣਾ ਚਾਹੁੰਦਾ। ਮੈਂ ਕਹਿਣਾ ਚਾਹਾਂਗੀ ਔਰਤਾਂ ਵਾਸਤੇ ਜਿਹੜਾ ਹੈ, ਜਿਸ ਤਰ੍ਹਾਂ ਸ਼ਿਕਸ਼ਾ ਦੇ ਬਾਰੇ ਇੱਥੇ ਕਹੀ ਜਾ ਰਹੀ ਹੈ ਗੱਲ, ਕਾਲਜ ਤਾਂ ਬਹੁਤ ਹੈਗੇ ਹਨ, ਠੀਕ ਹੈ। ਮੋਦੀ ਸਾਹਿਬ ਨੇ ਤਾਂ ਕੁਛ ਨਹੀਂ ਕੀਤਾ ਇਹਦੇ ਵਿੱਚ। ਸਾਡੀ ਪੰਜਾਬ ਸਰਕਾਰ ਨੇ ਜਦੋਂ ਦੀ ਇਹ 2 ਸਾਲ ਦੇ ਵਿੱਚ ਆਈ ਹੈ, ਕਿੰਨੇ ਨਵੇਂ ਕਾਲਜ ਖੁੱਲ੍ਹੇ ਹਨ, ਨਵੇਂ ਸਮਾਰਟ ਸਕੂਲ ਬਣੇ ਹਨ। ਚਾਹੁੰਦੀ ਹਾਂ ਵੀ ਜਿਹੜੀ ਸਾਡੀ ਔਰਤ ਹੈ ਉਸ ਲਈ ਸੁਰੱਖਿਅਤ ਨਹੀਂ ਹੈ। ਔਰਤਾਂ ਦੀ ਸੁਰੱਖਿਆ ਹੋਰ ਕਿਹੜਾ ਮੇਨ? ਔਰਤਾਂ ਦੀ ਸੁਰੱਖਿਆ ਚਾਹੀਦੀ ਹੈ ਸਾਨੂੰ। ਰਿਜ਼ਰਵੇਸ਼ਨ ਦੇ ਵਿੱਚ ਅਸੀਂ ਚਾਹੁੰਦੇ ਹਾਂ ਕਿ ਔਰਤਾਂ ਪ੍ਰਤੀ ਕੀ ਅਧਿਕਾਰ ਸਾਨੂੰ ਮਿਲ ਰਹੇ ਆ। ਰਿਜ਼ਰਵੇਸ਼ਨ ਕਿਸ ਤਰ੍ਹਾਂ ਸਰ? ਇਹ ਗੱਲ, ਹਾਂ, ਰਿਜ਼ਰਵੇਸ਼ਨ ਦੇ ਬਾਰੇ ਵਿੱਚ ਚਾਹੁੰਦੇ ਹਾਂ ਕਿ ਇਹਨਾਂ ਨੇ ਸਾਡੇ ਲਈ ਕੀ ਕੀਤਾ ਔਰ ਕੀ ਚਾਹੁੰਦੇ ਆ। ਸਾਡਾ ਜੋ ਅਧਿਕਾਰ ਸਾਨੂੰ ਮਿਲਣਾ ਚਾਹੀਦਾ ਆ ਉਹ ਸਾਨੂੰ ਮਿਲਣਾ ਚਾਹੀਦਾ ਆ। ਬਾਕੀ ਦੂਸਰੀ ਗੱਲ ਕੀਤੀ ਆ ਕਿ ਇਹਨਾਂ ਨੇ ਔਰਤ ਦੇ ਸਨਮਾਨ ਦੀ, ਇੱਕ ਸੋਨੀਆ ਗਾਂਧੀ ਜੋ ਹੈ ਉਸ ਨੂੰ ਵਿਦੇਸ਼ੀ ਔਰਤ ਕਹਿ ਕੇ ਦੇਸ਼ ਦੀ ਪ੍ਰਧਾਨ ਮੰਤਰੀ ਨਹੀਂ ਬਣਾਉਣਾ ਚਾਹੁੰਦੇ। ਖੁਦ ਕੀ ਸੰਸਕਾਰ ਹੈ ਇਹਨਾਂ ਦੇ? ਖੁਦ ਕੀ ਸੰਸਕਾਰ ਹੈਗੇ ਆ ਕਿ ਅਸੀਂ ਔਰਤ ਨੂੰ ਸਨਮਾਨ ਆਪਾਂ ਘਰ ਦੇ ਵਿੱਚ ਨਹੀਂ ਆਪਣੀ ਔਰਤ ਨੂੰ ਦਿੱਤਾ ਤਾਂ ਤੁਸੀਂ ਦੂਸਰੀ ਔਰਤ ਨੂੰ ਕੀ ਸਨਮਾਨ ਦੇ ਸਕਦੇ ਆ? ਜਿਹੜਾ ਦੂਸਰੀ ਔਰਤ ਨੇ ਆਪਣੇ ਦੇਸ਼ ਦੇ ਵਿੱਚ ਆ ਕੇ ਭਾਰਤ ਦੇ ਰੂਲ ਸਾਰਾ ਕੁਝ ਅਡਾਪਟ ਕਰ ਲਏ ਆ, ਲੇਕਿਨ ਉਹ ਆਪਣੀ ਪਤਨੀ ਤੱਕ ਦੀ ਜੇ ਗੱਲ ਕਰੀਏ ਤਾਂ ਆਪਣੇ ਘਰ ਦੇ ਵਿੱਚ ਹੁਸ਼ਿਆਰਪੁਰ ਦੇ ਵਿੱਚ ਕੋਈ ਐਸਾ ਵੱਡਾ ਪ੍ਰੋਜੈਕਟ
ਹੁਸ਼ਿਆਰਪੁਰ ਦੇ ਵਿੱਚ ਕੋਈ ਐਸਾ ਵੱਡਾ ਪ੍ਰੋਜੈਕਟ ਹੈਗਾ? ਤੁਸੀਂ ਦੱਸੋ, ਤੁਸੀਂ ਔਰਤੋ, ਤੁਸੀਂ ਨਾਅਰੇ ਲਗਾ ਰਹੇ ਹੋ ਬੜੀ ਦੇਰ ਦੀ, ਕੀ ਲੌਜਿਕ ਹੈਗਾ ਤੁਹਾਡੇ ਕੋਲ? ਕੋਈ ਲੌਜਿਕ ਹੈਗਾ ਕੋਈ ਪਾਰਟੀ ਤੋਂ ਇਲਾਵਾ, ਨਾਅਰੇ ਤੋਂ ਇਲਾਵਾ? ਮੈਂ ਤੁਹਾਨੂੰ ਕਹਿ ਰਿਹਾ ਤੁਸੀਂ ਨਾਅਰੇ ਲਾ ਕੇ ਦੂਜਿਆਂ ਦਾ ਸਮਾਂ ਵੀ ਖਰਾਬ ਨਾ ਕਰੋ, ਮੁੱਦੇ ਤੇ ਦੱਸ ਸਕਦੇ ਹੋ ਕਿ ਹੁਸ਼ਿਆਰਪੁਰ ਦੇ ਵਿੱਚ ਕਾਂਗਰਸ ਵੀ ਰਹੀ ਹੈ, ਬੀਜੇਪੀ ਵੀ ਰਹੀ ਆ, ਇਮਾਨਦਾਰੀ ਨਾਲ ਦੱਸੋ, ਔਰਤ ਹੈਗੇ ਹੋ, ਕੋਈ ਵੱਡਾ ਪ੍ਰੋਜੈਕਟ ਗਿਣਾ ਸਕਦੇ ਹੋ? ਇੱਕ ਵੀ ਦੋਨੋਂ ਸਾਂਸਦਾਂ ਤੋਂ ਕਿਹੜਾ ਲੈ ਕੇ ਆਇਆ ਸਾਂਪਲਾ ਜੀ? ਲੈ ਕੇ ਆਏ ਨੇ ਕਿਹੜਾ? ਪਹਿਲੇ ਤੇ ਦੁਆਬੇ 'ਚ ਸਾਡੇ ਜਿਹੜਾ ਏਅਰਪੋਰਟ ਨਹੀਂ ਸੀਗਾ, ਨੈਸ਼ਨਲ ਆਇਆ, ਉਸ ਤੋਂ ਬਾਅਦ ਇੰਟਰਨੈਸ਼ਨਲ ਵੀ ਬਣਿਆ। ਏਅਰਪੋਰਟ ਦੇ ਬਾਰੇ ਇਹ ਕਿਹਾ ਜਾਂਦਾ ਕਿ ਏਅਰਪੋਰਟ ਹੁਸ਼ਿਆਰਪੁਰੀਆਂ ਤੋਂ ਖਿਸਕ ਗਿਆ, ਹੁਸ਼ਿਆਰਪੁਰੀਆਂ ਤੋਂ ਖਿਸਕ ਗਿਆ, ਉਹ ਜਲੰਧਰ ਦੇ ਖਾਤੇ 'ਚ ਪੈ ਗਿਆ, ਕੋਈ ਵੱਡਾ ਖਾਤਾ ਪੂਰੇ ਦੁਆਬੇ ਦੇ ਵਿੱਚ ਹੈ, ਦੁਆਬੇ ਦੇ ਵਿੱਚ ਹੈ, ਔਰ ਸਾਰਾ ਕੁਝ ਫਗਵਾੜੇ ਦੇ ਵਿੱਚ ਉਹਨਾਂ ਨੇ ਦੂਸਰਾ ਪਾਸਪੋਰਟ ਦਫ਼ਤਰ ਖੋਲਿਆ ਹੈਗਾ। ਕਿੱਥੇ ਕਿੱਥੇ ਨਹੀਂ ਉਹਨਾਂ ਨੇ ਕੰਮ ਕੀਤਾ ਹੈਗਾ, ਮੈਨੂੰ ਇਹ ਦੱਸੋ ਨਾ, ਪਹਿਲਾਂ ਕਿੱਥੇ ਕੰਮ ਨੇ? ਕਹਿੰਦੇ ਦੂਸਰੀਆਂ ਮਹਿਲਾਵਾਂ ਕਹਿ ਰਹੀਆਂ ਨੇ ਕਿ ਮਹਿਲਾਵਾਂ ਦੀ ਸਿਕਿਉਰਿਟੀ ਵੱਡਾ ਮੁੱਦਾ ਹੈਗਾ, ਤੁਸੀਂ ਇਸ ਤੇ ਕੀ ਸੋਚਦੇ ਹੋ? ਮਹਿਲਾਵਾਂ ਦੀ ਸਿਕਿਉਰਿਟੀ ਦੇ ਪਾਸੇ ਕਹਿੰਦੇ ਬਹੁਤਾ ਕੰਮ ਨਹੀਂ ਹੋਇਆ, ਤੁਸੀਂ ਪਹਿਲੀ ਮੇਰੀ ਤੁਹਾਡੇ ਅੱਗੇ ਬੇਨਤੀ ਔਰ ਪਬਲਿਕ ਨੂੰ ਵੀ ਬੇਨਤੀ ਹੈਗੀ ਆ ਕਿ 2.5 ਸਾਲ ਹੋਣ ਵਾਲੇ ਨੇ ਕਾਂਗਰਸ ਸਰਕਾਰ, ਤੁਸੀਂ 5 ਸਾਲ ਤੇ, ਆਪਾਂ ਪਹਿਲੇ 5 ਸਾਲ ਤੇ ਗੱਲ ਕਰੀਏ, ਤੁਸੀਂ 5 ਸਾਲ ਨੂੰ ਛੱਡ ਕੇ 2.5 ਸਾਲ ਤੇ ਗੱਲ ਕਿਵੇਂ ਕਰ ਸਕਦੇ ਹੋ? ਸਰਕਾਰ MP ਚੁਣਿਆ ਜਾਣਾ, ਸਟੇਟ ਗਵਰਨਮੈਂਟ ਨਹੀਂ ਚੁਣੀ ਜਾਣੀ, ਅਸੀਂ MP ਲਈ ਵੋਟ ਦੇ ਖੜੇ ਹਾਂ, ਜਾਂ ਤਾਂ ਤੁਸੀਂ ਨਾਰੇ ਨਾ ਲਾਓ ਜਾਂ ਲੌਜਿਕ ਨਾਲ ਗੱਲ ਕਰੋ। ਨਾਰਾ ਨਹੀਂ ਅਸੀਂ ਲਾ ਰਹੇ, ਅਸੀਂ ਨਾਰਾ ਨਹੀਂ ਲਾ ਰਹੇ, ਅਸੀਂ 5 ਸਾਲ ਦੇ ਵੋਟ ਕਾਰਡ ਤੇ ਗੱਲ ਕਰ ਰਹੇ ਹਾਂ, ਗੱਲ 5 ਸਾਲ ਦੀ ਹੋਏਗੀ। MP ਚੁਣਿਆ ਜਾਣਾ, ਮੁੱਖ ਮੰਤਰੀ ਨਹੀਂ ਚੁਣਿਆ ਜਾਣਾ। ਸਾਡੇ MP ਨੇ ਏਅਰਲਾਈਨਸ ਰੇਲਵੇ ਜਿਹੜੀ ਹੈਗੀ ਆ ਮਥੁਰਾ ਨੂੰ ਇੱਥੋਂ ਸਿੱਧੀ ਚਲਾਈ ਹੈਗੀ ਆ, ਹੁਸ਼ਿਆਰਪੁਰ ਤੋਂ, ਔਰ ਦਿੱਲੀ ਵਾਲੀ ਚਲਾਈ ਹੈਗੀ ਆ, ਔਰ ਇਹ ਪਹਿਲਾਂ ਨਹੀਂ ਚੱਲ ਰਹੀ ਸੀ, ਪਰ ਪਹਿਲਾਂ ਕਦੋਂ ਚੱਲ ਰਹੀ ਸੀਗੀ? ਪਹਿਲਾਂ ਕੋਈ ਨਹੀਂ, ਸਾਂਪਲਾ ਜੀ ਨੇ ਉਹ ਕੰਮ ਕੀਤੇ ਜਿਹੜੇ ਨਹੀਂ ਹੋਏ ਹੈਗੇ। ਕੋਈ ਇਕੱਲੀ ਸੀਟ ਬੀਜੇ ਸਾਂਪਲਾ ਦੀ ਟਿਕਟ ਨਹੀਂ ਰੋਕੀ ਗਈ, ਇੱਥੋਂ ਹਾਲੇ ਅੰਡਰ ਪ੍ਰੋਸੈਸ ਸਾਰਾ ਚੱਲਦਾ ਪਿਆ, ਪੂਰੇ ਪੰਜਾਬ ਦੀਆਂ ਟਿਕਟਾਂ ਰੁਕੀਆਂ। ਡਿਲੇ ਕਿਉਂ ਅੱਜ ਪਾਰਟੀ ਨੂੰ ਭਰੋਸਾ ਨਹੀਂ ਹੈ? ਹਾਂ, ਭਾਰਤੀ ਜਨਤਾ ਪਾਰਟੀ ਨੂੰ ਭਰੋਸਾ ਨਹੀਂ ਹੈ, ਡਿਲੇ ਕਰ ਰਹੀ ਹੈ। ਵੱਡੀ ਗੱਲ ਦੱਸ ਦਵਾਂ, ਭਾਰਤੀ ਜਨਤਾ ਪਾਰਟੀ ਹਿੰਦੁਸਤਾਨ ਦੇ ਵਿੱਚ ਆਪਣਾ ਪ੍ਰਧਾਨ ਮੰਤਰੀ ਬਣਾਉਣ ਲਈ। ਮੈਂ ਤੁਹਾਡੇ ਕੋਲ ਸਵਾਲ ਕੀ ਕਰ ਰਿਹਾ, ਤੁਸੀਂ ਜਵਾਬ? ਪਿਛਲੇ ਮੁੱਦੇ ਕਿੱਥੇ? ਮਹਿੰਗਾਈ, ਰੋਜ਼ਗਾਰ, ਹੁਣ ਆਤੰਕਵਾਦ ਨਵਾਂ ਮੁੱਦਾ ਇਹਨਾਂ ਨੇ ਲਿਆਂਦਾ। ਪਿਛਲੇ ਮੁੱਦੇ ਕਿੱਥੇ ਗਏ? ਜਿਹਦੇ ਇਲੈਕਸ਼ਨ ਲੜ ਸੀ ਉਹ ਸਾਰੀ ਸ਼ਰਤੇ 15 ਲੱਖ, ਮਹਿੰਗਾਈ, ਡੀਜ਼ਲ ਦਾ ਰੇਟ ਦੱਸੋ ਇਹਨਾਂ ਨੂੰ ਕੀ ਹੈ, ਸਿਲੰਡਰ, ਮਹਿਲਾਵਾਂ ਖੜੀਆਂ, ਸਿਲੰਡਰ, ਜਿਹੜਾ ਬੰਦਾ ਦਿਹਾੜੀ ਕਰਦਾ ਉਹ ਤਾਂ ਸਿਲੰਡਰ ਨਹੀਂ ਖਰੀਦ ਸਕਦਾ, ਰੁਪਏ ਸਿਲੰਡਰ ਕਰ ਦਿੱਤਾ ਇਹਨਾਂ ਨੇ। ਸਬਸਿਡੀ 5 ਸਾਲ ਦੀ, ਕੋਈ ਵਿਕਾਸ ਨਹੀਂ ਹੋਇਆ, ਵਪਾਰੀ ਭੁੱਖਾ ਮਰਦਾ ਪਿਆ, ਕਿਸਾਨ ਮਰਦਾ ਪਿਆ, ਬੇਰੋਜ਼ਗਾਰੀ ਵਧੀ ਹੈ ਇੱਥੇ 5 ਸਾਲ ਦੇ ਵਿੱਚ। ਮਨਰੇਗਾ ਕਾਂਗਰਸ ਦੀ ਦੇਣ, ਉਹ ਹੁਣ ਵਧੀਆ ਹੋ ਗਈ, ਆਧਾਰ ਕਾਂਗਰਸ ਦੀ ਦੇਣ, ਹੁਣ ਉਹ ਵਧੀਆ ਹੋ ਗਈ। ਇਹਨਾਂ ਦੀ ਇੱਕ ਸਕੀਮ ਦੱਸੋ ਜਿਹੜੀ ਕਾਮਯਾਬ ਹੋਈ ਹੁਣ ਤੱਕ, ਸਬਸਿਡੀ ਦੀ ਕਾਮਯਾਬ ਨਹੀਂ ਹੋਈ, ਘਰ ਘਰ ਕਹਿੰਦੇ ਸਿਲੰਡਰ ਪਜਾਏ, ਕਿੰਨੇ ਪਜਾਏ? ਕਾਂਗਰਸ ਸਰਕਾਰ ਨੇ ਪਜਾਏ, BJP ਨੇ ਪਜਾਏ ਆ, ਹਸਨ ਗੱਲਾਂ ਦਾ ਖੜਾ। ਮਹਿਲਾਓਂ ਕੇ ਸੁਰੱਖਿਆ ਔਰ ਸਨਮਾਨ ਕੀ ਬਾਤ ਹੈ, ਵੋ ਭਾਰਤੀਯ ਜਨਤਾ ਪਾਰਟੀ ਔਰ ਮੋਦੀ ਜੀ ਕੇ ਨੇਤਰਤਵ ਮੇਂ ਸੰਭਵ ਹੁਆ ਹੈ। ਸਾਡੀ ਆਮ ਆਦਮੀ ਪਾਰਟੀ ਦੀ ਵੀ ਕੋਈ ਗੱਲ ਕਰੋ, ਜੀ ਗੱਲ ਕਰਨ ਦਿਓ, ਹਾਂਜੀ ਅੱਜ ਦੱਸੋ ਪਹਿਲਾਂ। ਨਾ ਕਾਂਗਰਸ ਨੇ ਵਾਅਦੇ ਪੂਰੇ ਕੀਤੇ ਤੇ ਨਾ ਹੀ BJP ਨੇ ਪੂਰੇ ਕੀਤੇ। ਕੇਜਰੀਵਾਲ ਨੇ ਜਿੰਨੇ ਵਾਅਦੇ ਕੀਤੇ ਉਹਨੇ ਪੂਰੇ ਕੀਤੇ, ਜਿੰਨੇ ਵਾਅਦੇ ਦਿੱਲੀ 'ਚ ਕੀਤੇ ਉਹਨੇ ਪੂਰੇ ਕੀਤੇ। ਮੈਂ ਪੁੱਛਣਾ ਚਾਹੁੰਦਾ ਜੀ, 2017 ਦੇ ਵਿੱਚ ਕੈਪਟਨ ਦੀ ਸਰਕਾਰ ਬਣੀ ਆ, ਇਹਨਾਂ ਨੇ ਜੋ ਵਾਅਦੇ ਕੀਤੇ ਤੇ ਕੀ ਹੈਗੇ? ਬਖਸ਼ੀ ਸੈਂਟਰ ਦੀਆਂ ਸਕੀਮਾਂ ਤੇ ਵੋਟ ਕਰਦੇ ਆ, ਉਹਨੂੰ ਇੰਪਲੀਮੈਂਟ MP ਨੇ ਕਰਨਾ ਹੁੰਦਾ, ਸੈਂਟਰ ਕੋ ਸਕੀਮ ਹੈ ਨਹੀਂ, MP ਨੇ ਇੰਪਲੀਮੈਂਟ ਕੀ ਕਰਨਾ ਸੀ? MP ਕੋ ਕੁਛ 14 ਕਰੋੜ ਰੁਪਏ MP ਨੇ ਕੀਤਾ ਕੱਖ ਨਹੀਂ, ਇਸੇ ਕਰਕੇ ਇਹਨਾਂ ਦੀ ਆਪਣੀ ਪਾਰਟੀ ਉਸ MP ਤੋਂ ਦੁਖੀ ਆ, ਡਿਸਾਈਡ ਕਰਨ ਦੇ ਵਿੱਚ ਇਸੇ ਕਰਕੇ ਲੇਟ ਹੋ ਰਿਹਾ ਕਿ ਉਹ MP ਇੱਥੇ ਫਿੱਟ ਨਹੀਂ ਬੈਠ। ਸੈਂਟਰ ਦੇ ਮੁੱਦਿਆਂ ਦੇ ਉੱਤੇ ਵੋਟ ਕਰਦੀਆਂ ਨੇ, ਜਾਂ ਜਿਹੜਾ ਤੁਸੀਂ ਫੀਮੇਲ ਸਿਕਿਉਰਿਟੀ ਦੀ ਗੱਲ ਕੀਤੀ ਉਸ 'ਤੇ ਵੋਟ ਕਰਦੀਆਂ ਨੇ, ਜਾਂ ਹੋਰ ਜਿਹੜੇ ਤੁਹਾਡੇ ਇੱਥੋਂ ਹਲਕੇ ਦੇ ਮੁੱਦੇ ਨੇ?
ਸਾਡੇ ਜਿਹੜੇ ਹਲਕੇ ਦੇ ਮੁੱਦੇ ਨੇ ਮੈਡਮ ਨੇ, ਮੈਂ ਦੱਸਣਾ ਚਾਹੁੰਦੀ ਹਾਂ, ਮੈਨੂੰ ਤੁਸੀਂ ਇਹ ਦੱਸੋ ਮੋਦੀ ਸਰਕਾਰ ਦੀ ਗੱਲ ਨਾ ਕਰੋ, ਤੁਸੀਂ ਮੁੱਦਿਆਂ 'ਤੇ ਗੱਲ ਕਰੋ। ਮੁੱਦੇ ਵੀ ਗੱਲ ਇਹ ਹੈ ਵੀ ਜੋ ਸਾਡੇ ਬੱਚਿਆਂ ਨੂੰ ਵਜ਼ੀਫੇ ਮਿਲਦੇ ਸੀ, ਸਭ ਕੁਝ ਮਿਲਦਾ ਸੀ, ਉਹ ਵੀ ਇਹਨਾਂ ਨੇ ਬੰਦ ਕਰ ਦਿੱਤੇ। ਪੰਜਾਬ ਸਰਕਾਰ ਨੇ ਬੰਦ ਕੀਤੇ, ਸੈਂਟਰ ਸਰਕਾਰ ਨੇ ਬੰਦ ਕੀਤੇ ਆ। ਮੈਂ ਦੱਸਣੀ ਹੈ ਤੁਹਾਨੂੰ, ਕਿਉਂ ਨਹੀਂ ਦਿੱਤੇ? ਨਹੀਂ, ਦੋਨੇ ਕੋਲੇ ਪਾਲਸੀਆਂ ਕੋਈ ਨਹੀਂ ਹੈਗੀਆਂ, ਸਿਹਤ ਸਹੂਲਤਾਂ ਦੇ ਉੱਪਰ ਕੋਈ ਪਾਲਸੀ ਨਹੀਂ ਹੈਗੀ, ਐਜੂਕੇਸ਼ਨ ਦੀ ਕੋਈ ਪਾਲਸੀ ਨਹੀਂ ਬਣੀ, ਨਾ ਸੈਂਟਰ ਦੀ ਆ, ਨਾ ਸਟੇਟ ਗਵਰਨਮੈਂਟ ਦੀ ਆ, ਠੀਕ ਆ ਜੀ। ਨਾ ਕੋਈ ਹਸਪਤਾਲ ਖੁਲਾਇਆ, ਪਿਛਲੀ ਕੱਲ੍ਹ ਦਾ ਬੀਜੇਪੀ ਸਰਕਾਰ ਨੇ 250 ਸਕੂਲ ਬੰਦ ਕਰਵਾਇਆ, ਜਿਹੜੀ ਸਟੇਟ ਗਵਰਨਮੈਂਟ ਅਮਰਿੰਦਰ ਸਿੰਘ ਦੀ, ਔਰ ਕਿਹੜੇ ਸਕੂਲ ਨਾ ਵਿਖਲਾਏ ਆ? ਸਵਾਮੀ ਨਾਥਨ ਕਮਿਸ਼ਨ ਰਿਪੋਰਟ ਜਿਹੜੀ ਆ ਕਿਸਾਨਾਂ ਦੇ ਹੱਕ 'ਚ ਆ, ਉਹ ਕਿੱਥੇ ਲਾਗੂ ਹੋਈ ਆ? ਨਾ ਸਟੇਟ ਦੀ, ਨਾ ਸੈਂਟਰ ਦੀ। ਸਰ, ਐਸੀਆਂ ਦੀ ਜਿਹੜੀ ਸੈਂਟਰ ਗਵਰਨਮੈਂਟ ਨੇ ਜਿਹੜਾ ਪੈਸਾ ਭੇਜਿਆ ਸੀ ਉਹ ਪੰਜਾਬ ਸਰਕਾਰ ਨੇ ਹਾਲੇ ਤੱਕ ਵੀ ਕਿਸੇ ਕਾਲਜ ਨੂੰ ਰਿਲੀਜ਼ ਨਹੀਂ ਕੀਤਾ। ਈਵਨ ਜਿਹੜੀ ਸੈਂਟਰ ਸਰਕਾਰ ਨੇ ਲੋਕਾਂ ਦੇ ਲਈ ਹੈਲਥ ਦੀ ਸਕੀਮ ਲਾਂਚ ਕੀਤੀ ਸੀ, ਉਹ ਵੀ ਹਾਲੇ ਵੀ ਪੰਜਾਬ ਸਰਕਾਰ ਨੇ ਹਾਲੇ ਤੱਕ ਵੀ ਲਾਂਚ ਨਹੀਂ ਕੀਤੀ ਹੈ। ਉਹਨਾਂ ਨੂੰ ਪੁੱਛਿਆ ਜਾਵੇ, ਜਵਾਬ ਦਿੱਤਾ ਜਾਵੇ। ਜਿਹੜਾ ਪੰਜਾਬ ਦਾ ਕੈਂਡੀਡੇਟ ਜਿੱਤਿਆ ਸੀਗਾ ਚੱਬੇਵਾਲ ਤੋਂ, ਡਾਕਟਰ ਰਾਜ ਕੁਮਾਰ, ਉਹਨੂੰ ਟਿਕਟ ਦਿੱਤੀ ਗਈ ਹੈ। ਸੇਮ ਔਨ ਕਾਂਗਰਸ ਮਾਨਨੀਯ। ਹੁਸ਼ਿਆਰਪੁਰ ਦੇ ਹਲਕੇ ਦੇ ਲੋਕ ਨੇ, ਹੁਸ਼ਿਆਰਪੁਰ ਹਲਕੇ ਦੇ ਲੋਕ ਨੇ ਜਿਹੜੇ ਖੇਤਰੀ ਮੁੱਦਿਆਂ ਦੇ ਨਾਲ ਨਾਲ ਜੋ ਕੇਂਦਰੀ ਮੁੱਦੇ ਹੈਗੇ ਨੇ, ਲੋਕ ਵੋਟ ਕਰ ਰਹੇ ਨੇ। ਲੋਕਾਂ ਦਾ ਕਹਿਣਾ ਹੈਗਾ ਹੈਲਥ ਸਿਸਟਮ ਜਾਂ ਐਜੂਕੇਸ਼ਨ ਸਿਸਟਮ ਜਾਂ ਜਿਹੜੀਆਂ ਕੇਂਦਰ ਦੀਆਂ ਸਕੀਮਾਂ ਨੇ ਜਿਹਨੂੰ ਸੰਸਦ ਨੇ ਆਪਦੇ ਹਲਕੇ ਦੇ ਵਿੱਚ ਲਾਗੂ ਕਰਵਾਉਣਾ ਹੁੰਦਾ, ਉਹ ਅੱਜ ਤੱਕ ਨਹੀਂ ਹੋਈਆਂ। ਹਾਲਾਂਕਿ ਪਰਫਾਰਮੈਂਸ ਨੂੰ ਲੋਕ ਇਵੈਲੂਏਟ ਕਰ ਰਹੇ ਨੇ, ਸ਼ਾਇਦ ਇਹੀ ਕਾਰਨ ਵੀ ਹੈ ਕਿ ਜੋ ਚਰਚਾਵਾਂ ਚੱਲ ਰਹੀਆਂ ਨੇ ਕਿ ਮੌਜੂਦਾ ਸੰਸਦ ਦੀ ਜਿਹੜੀ ਇੱਥੋਂ ਟਿਕਟ ਕੱਟੀ ਜਾ ਸਕਦੀ ਹੈ। ਹਾਲਾਂਕਿ ਕਾਂਗਰਸ ਦੇ ਕੋਲੋਂ ਆਪਦੇ ਤਰਕ ਹੈਗੇ ਨੇ, ਕਾਂਗਰਸ ਦੀ ਪਰਫਾਰਮੈਂਸ ਦੇ ਉੱਤੇ ਵੀ ਬੀਜੇਪੀ ਕੋਲ ਕਈ ਸਵਾਲ ਨੇ ਚੁੱਕਣ ਨੂੰ ਕਿ ਨੌਕਰੀਆਂ ਦੇ ਵਾਅਦੇ ਪੰਜਾਬ ਸਰਕਾਰ ਵੱਲੋਂ ਵੀ ਕੀਤੇ ਸੀ, ਜਿਹਨੂੰ ਹਲਕੇ ਦੇ ਲੋਕ ਸੰਸਦ ਚੁਣਨ ਲੱਗਿਆਂ ਵੀ ਦੇਖ ਰਹੇ ਨੇ ਕਿ ਉਹਨਾਂ ਦੇ ਮੁੱਦਿਆਂ ਦੇ ਆਧਾਰ 'ਤੇ, ਉਹਨਾਂ ਦੇ ਵਾਅਦਿਆਂ ਦੇ ਆਧਾਰ 'ਤੇ ਵੀ ਲੋਕ ਵੋਟ ਕਰਨਗੇ ਆਪਣੇ ਸੰਸਦ ਨੂੰ ਕਿ ਕਿਹੜੇ ਪਾਰਟੀ ਦੇ ਸੰਸਦ ਨੂੰ ਵੋਟ ਕਰਨਾ। ਕੈਮਰਾਮੈਨ ਗੌਰਵ ਦੇ ਨਾਲ ਪਮਿਲ ਪਾਟੀਆ, ਇੰਡੀਆ ਨਿਊਜ਼, ਪੰਜਾਬ।